सामेकुम की हाल चाल है जी कि सब वाइया हर तरह खैरियत है बहुत बहुत शुक्रिया जी ਆ ਮੇਰਾ YouTube ਚੈਨਲ ਸਬਸਕ੍ਰਾਈਬ ਕਰਨ ਦਾ ਤੇ ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੇਰਾ ਚੈਨਲ ਸਬਸਕ੍ਰਾਈਬ ਕਰੋ ਤੇ ਨਾਲ ਜਿਹੜਾ ਘੰਟੀ ਦਾ ਬਟਨ ਹੈ ਇਹਨੂੰ ਜ਼ਰੂਰ ਦਬਾਓ ਉਹਦਾ ਫਾਇਦਾ ਤੁਹਾਨੂੰ ਹੋਏਗਾ ਜਿੱਥੇ ਤੁਸੀਂ ਹੋਵੋਗੇ ਜਦੋਂ ਮੈਂ ਕਾਲ ਅਪਲੋਡ ਕਰਾਂਗਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਰਾਣੇ ਇਜਾਜ਼ ਨੇ ਆਪਣੀ ਕਾਲ ਜਿਹੜੀ ਹੈ ਅਪਲੋਡ ਕਰਤੀ ਹੈ ਅੱਜ ਕਾਲ ਹੋਣ ਜਾ ਰਹੀ ਹੈ ਜੀ ਵਰਲਡ ਫੇਮਸ ਮੀਨਾ ਮੀਨਾ ਆ ਰਹੀ ਹੈ ਜੀ ਮੀਨੇ ਨਾਲ ਮਜ਼ਾ ਲੈ ਰਹੇ ਬਹੁਤ-ਬਹੁਤ ਸ਼ੁਕਰੀਆ ਆ ਮੀਨੇ ਨੂੰ ਪਸੰਦ ਕਰਨ ਦਾ ਬਹੁਤ-ਬਹੁਤ ਸ਼ੁਕਰੀਆ ਤੇ ਮੇਰੀਆਂ ਦੁਆਵਾਂ ਹਮੇਸ਼ਾ ਮੇਰੇ ਸਾਰੇ ਭੈਣਾ ਭਰਾਵਾਂ ਦੇ ਨਾਲ ਨੇ ਅੱਲਾ ਪਾਕ ਤੁਹਾਨੂੰ ਖੁਸ਼ ਰੱਖਣ ਜੀਉਂਦੇ ਵੱਸਦੇ ਰਵੋ ਤੁਹਾਡੇ ਜਿਹੜੇ ਆ ਘਰ ਹਮੇਸ਼ਾ ਖੁਸ਼ੀਆਂ ਨਾਲ ਭਰੇ ਰਹਿਣ ਮੇਰੀਆਂ ਜਿਹੜੀਆਂ ਮਾਵਾ ਭੈਣਾ ਨੇ ਮੇਰੀਆਂ ਧੀ ਰਾਣੀਆਂ ਮੇਰੇ ਬਾਬੇ ਮੇਰੇ ਚਾਚੇ ਤਾਏ ਮਾਮੇ ਫੋਫੜ ਅੱਲਾ ਪਾਕ ਸਭ ਨੂੰ ਹਮੇਸ਼ਾ ਖੁਸ਼ ਰੱਖੇ ਅੱਲਾ ਪਾਕ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਤੇ ਆ ਮੇਰਾ ਪੇਜ ਨਜ਼ਰ ਆ ਰਿਹਾ ਤੁਹਾਨੂੰ ਇਸ ਪੇਜ ਨੂੰ ਲਾਈਕ ਕਰ ਦਿਓ ਤੇ ਕਾਲ ਮਲਾ ਰਹੇ ਆ ਜੀ ਮੀਨੇ ਨੂੰ ਜੀ ਹੈਲੋ ਹੈਲੋ ਕਹਦੇ ਹੁਣ ਯਾਰ ਮੀਨੇ ਰਾਣਾ ਜਾਜ ਕਾਲ ਕਰ ਰਿਹਾ ਹੈ ਕੌਣ ਪਤਾ ਲੱਗਦਾ ਯਾਰ ਤੂੰ ਹੀ ਹੈ ਕੀ ਹਾਲ ਹੀ ਰਣੇ ਮੈਨੇ ਯਾਰ ਰਾਣਾ ਇਜਾਜ਼ ਗੱਲ ਕਰ ਰਿਹਾ ਆ ਗਿਆ ਯਕੀਨ ਭਰਾਵਾ ਆ ਗਿਆ ਮੈਨਾ ਗੱਲ ਹੀ ਕੋ ਬੰਦਾ ਕਰਦਾ ਦੁਨੀਆ ਤੇ ਬਾਕੀ ਸਾਰੇ ਗੱਲ ਕਰਕੇ ਪੂਰੀ ਕਰਦੇ ਇੱਕੋ ਹੀ ਤਾਂ ਬੰਦਾ ਜਿਹੜਾ ਬੰਨਾ ਸਿਰਫ ਗੱਲ ਕਰਦਾ ਕੀ ਹਾਲ ਚੱਲਾ ਮੈਨੇ ਹਾਂ ਸਭ ਠੀਕ ਆ ਯਾਰ ਅਬ ਮਾਮਾ ਦੀ ਦਾਲ ਪਕਾਈ ਸੀ ਅੱਛਾ ਤੜਕਾ ਲਾਇਆ ਨਾਲ ਦੇਸੀ ਰੋਟੀ ਐ ਚੋਪੜੀ ਹੋਈ ਹਾ ਹ ਤੇ ਅਚਾਰ ਨਾਲ ਵਾਹ ਤੇ ਨਾਲ ਪੁਦੀਨੇ ਦੀ ਕੁਟੀ ਹੋਈ ਛਟਨੀ ਆ ਹਾਏ ਮਜਾ ਮੈਂ ਕਿੰਨਾ ਆ ਗਿਆ ਹਾਏ ਮੀਨੇ ਹਾਲੇ ਤੂੰ ਰੋਟੀਆਂ ਖਾਣਾ ਅੰਮੀ ਦੇ ਹੱਦੀਆਂ ਆਹ ਭਾਈ ਅੱਲਾ ਸਭ ਦੀ ਅੰਮੀਆਂ ਨੂੰ ਸਲਾਮਤੀ ਦੇਵੇ ਆਮਨ 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 ਅੱਲਾ ਪਾਕ ਕੁੱਲ ਜਹਾਨ ਦੀਆਂ ਮਾਵਾਂ ਨੂੰ ਸੇਤ ਨਰੁਸਤੀ ਦੇਵੇ ਆਮਨ ਸਨਾ ਕਿ ਦਾਜੀ ਤੇਤਾ ਆ ਫੇਰ ਵੀਰ ਦਾ ਆਮਨ ਮੈਂ ਸਲਾਮ ਬਾਦ ਆ ਸਲਾਮ ਅਬਾਦ ਹਾਂ ਕੀ ਕੋਈ ਮੈਂਬਰ ਬਣ ਗਿਆ ਕੰਸੈਂਬਲੀ ਕੰਸੈਂਬਲੀ ਚ ਜਾਂਦੇ ਆ ਨਹੀਂ ਨਹੀਂ ਮਨੇ ਯਾਰ ਬਸ ਇੱਥੇ ਦੋਸਤ ਸੀਗੇ ਇੱਥੇ ਰਹਿੰਦੇ ਅੱਛਾ ਤੇ ਉਹ ਪੜ੍ਹਦੇ ਨੇ ਇੱਥੇ ਇੱਕ ਯੂਨੀਵਰਸਿਟੀ ਚ ਅੱਛਾ ਤੇ ਉਹ ਸਾਰੇ ਇੱਥੇ ਮਤਲਬ ਰਹਿੰਦੇ ਨੇ ਤੇ ਉਹ ਫਿਰ ਸੇਰ ਸਪਟਾ ਕਰਨ ਆਏ ਆ ਹਾਂ ਸੇਰ ਸਪਟਾ ਆਏ ਆ ਕਿ ਉਹ ਇਹ ਇੱਕ ਇੱਕ ਕਮਰੇ ਚ ਪੰਜ ਮੁੰਡੇ ਰਹਿੰਦੇ ਤੇ ਉਹ ਇਹ ਆ ਕਿ ਇਹ ਚਲੇ ਜਾਂਦੇ ਆਪਣੇ ਆਪਣੇ ਕਾਲਜ ਯੂਨੀਵਰਸਟੀਆਂ ਨੂੰ ਆ ਠੀਕ ਹੈ ਤੇ ਫੇ ਮੈਂ اسلامਬਾਦ ਘੁੰਮਦਾ ਦਰਾ ਤੇ ਯਾਰ ਮੈਨੂੰ ਵੀ ਰਾਣੇ ਕਿਤੇ ਨਾ ਲੈ ਜਾਂਦਾ ਯਾਰ ਕਿਤੇ ਮੈਨੂੰ ਵੀ ਫਰਾ ਲੈ ਆ ਕਰ ਯਾਰ ਆ ਮੈਨੂੰ ਤੇਨੂੰ ਕੋਈ ਮਸਲਾ ਨਹੀਂ اسلامਬਾਦ ਮਜ਼ੇਦਾਰ ਮਾਹੌਲ ਨਹੀਂ ਆ ਗਿਆ ਦੀ اسلامਬਾਦ ਤੇ ਆਪਣਾ ਹੀ ਘਰ ਆ ਯਾਰ ਜਦੋਂ ਮਰਜੀ ਆ ਨਹੀਂ ਮੈਨੂੰ ਕਿਰਾਏ ਦਾ ਇਹਨਾਂ ਦਾ ਕਮਰਾ ਹੈ ਤੇ ਉੱਥੇ ਸਟੂਡੈਂਟ ਟਾਈਪ ਆ ਹਾਂ ਸਟੂਡੈਂਟ ਟਾਈਪ ਕਮ ਤੇ ਫਿਰ ਉਹ ਇਹ ਆ ਕਿ ਹੁਣ ਜਦੋਂ ਦਾ ਮੈਂ ਆਇਆ ਨਾ 15 ਕ ਦਿਨ ਹੋਏ ਆ ਆ ਪਹਿਲੇ ਇਹ ਹਾਂਡੀ ਰੋਟੀ ਆਪ ਪਕਾਉਂਦੇ ਸੀਗੇ ਹਾਂ ਹੁਣ ਇਹ ਆ ਕਿ ਮੈਂ ਇਹਨਾਂ ਤੋਂ ਬਾਅਦ ਨਾ ਇਹ ਜਿਲ੍ਹੇ ਕਾਲਜ ਯੂਨੀਵਰਸਿਟੀ ਚਲੇ ਜਾਂਦੇ ਤੇ ਫਿਰ ਇਹਨਾਂ ਤੋਂ ਬਾਅਦ ਮੈਂ ਸਬਜ਼ੀ ਸਬਜ਼ੀ ਦਾਣਾ ਦੂਣਾ ਲਿਆ ਕੇ ਹਾਂ ਇਹਨਾਂ ਦੇ ਆਉਣ ਤੋਂ ਪਹਿਲੇ ਪਹਿਲੇ ਨਾ ਦੋ ਕਮਰੇ ਤੂੰ ਪਕਾ ਲੈਣਾ ਯਾਰ ਨੇ ਰੋਟੀ ਰੋਟੀ ਐਸ ਕਿਸਮ ਦੀ ਰੋਟੀ ਅੱਛਾ ਤੁਸੀਂ ਜਨਾਬ ਮੂੰਹ ਚੋਂ ਗੱਲ ਕੱਢੋ ਕਿ ਕੀ ਖਾਣਾ ਹੈ ਅਸੀਂ ਉਹ ਪਕਾ ਕੇ ਦੇਾਂਗੇ ਤੁਹਾਨੂੰ ਤੇ ਇਸ ਕਿਸਮ ਦਾ ਸੁਰੀਲਾ ਹੋਏਗਾ ਵਾਵਾ ਯਾਰ ਆਣਾ ਮੈਨੂੰ ਮੈਨੂੰ ਨਾ ਉਹਦਾ ਬੜਾ ਸ਼ੌਕ ਆ ਯਾਰ ਕਿਤੇ ਨਾ ਸੋਣਾ ਜਾ ਕਿਤੇ ਭੁਜਵਾ ਮਤਲਬ ਛੋਟਾ ਕੋਈ ਬੜਾ ਇਕੜਾਈ ਟੱਪ ਹੈ ਲਿਆ ਲਿਆ ਇਹ ਤਾਂ ਮिने ਗੱਲ ਹੀ ਕੋਈ ਨਹੀਂ ਆ ਰਹਾ ਤੂੰ ਕਿਹੜੀ ਗੱਲ ਕਰਦੀ ਸ਼ਹਜ਼ਾਦਾ ਮੇਰਾ ਭਰਾ ਛੋਟਾ ਗੋਸਤ ਇਹਨੂੰ ਇਸ ਇਸ ਕਿਸਮ ਦਾ ਮਤਲਬ ਕਿ ਛੋਟੇ ਗੋਸਤ ਦਾ ਰੋਸ਼ ਰੋਸ਼ ਅੱਛਾ ਉਹ ਜਿਹਨੂੰ ਆਪਾਂ ਯਖਣੀ ਕਹਿੰਦੇ ਯਖਣੀ ਵਾਲਾ ਰੋਸ਼ ਹਾਏ ਵਾ ਵਾ ਛੋਟੇ ਗੋਸਤ ਦਾ ਜਨਾਬ ਨਮਕੀਨ ਗੋਸਤ ਬਣਾ ਲੈਣਾ ਹਾਂਜੀ ਵਾ ਵਾ ਛੋਟੇ ਗੋਸਤ ਦੀ ਪਸ਼ਾਵਰੀ ਕੜਾਈ ਓਹੋ ਸਮਝ ਰਹੇ ਹੋ ਛੋਟਾ ਗੋਸ਼ਟ ਚਾਂਪ ਹੋਵੇ ਤੇ ਸ਼ੋਰਬੇ ਵਾਲੀ ਪੱਕੀ ਹੋਵੇ ਹੈ ਤੇ ਕੌਲੀ ਦੇ ਵਿੱਚ ਇੱਕ ਚਾਂਪ ਹੋਵੇ ਇੱਕ ਪੁੱਠ ਦੀ ਛੋਟੀ ਜੀ ਬੋਟੀ ਹੋਵੇ ਨਾਲ ਆਲੂ ਜਿਹੜਾ ਨਾ ਹੈ ਮਤਲਬ ਮੁਨਾਸਬ ਜੇ ਸਾਈਜ਼ ਦਾ ਆਲੂ ਸੈਂਟਰ ਚੋਂ ਅੱਧਾ ਕੀਤਾ ਹੋਵੇ ਆਏ ਹਾਏ ਵਾਹ ਕੌਲੀ ਚ ਉਹ ਪਿਆ ਹੋਵੇ ਵਾਹ ਵਾਹ ਚੋਪੜੀਆਂ ਰੋਟੀਆਂ ਹੋਣ ਮੀਨੇ ਹੈ ਤੇ ਜਿੱਲੇ ਬੰਦੇ ਨੇ ਪਹਿਲੀ ਬੁਰਕੀ ਦੇ ਨਾਲ ਆਲੂ ਫੇਣਾ ਹੈ ਨਾ ਹਾਂ ਤੇ ਧਨੀਆਂ ਤਰਦਾ ਹੋਵੇ ਉੱਤੇ ਤੇਰੀਆਂ ਖੈਰਾਂ ਹੋਣੇ ਤੇ ਮੀਨੇ ਇਹ ਤੱਕ ਮਾਮਲਾ ਹੀ ਕੋਈ ਨਹੀਂ ਛੋਟੇ ਗੋਸ਼ ਦੀ ਜਿੰਨੀਆਂ ਡਿਸ਼ਾਂ ਨੇ ਨਾ ਸਾਡੀ ਯਾਰ ਤੋ ਤਾਂ ਮਾਵਾਂ ਦੀ ਢਾਲੀ ਮੇਰੇ ਦਿਲੋਂ ਲਾਤੀ ਯਾਰ ਜੇ ਇਹਨੇ ਕਰ ਮਾਣਨਾ ਮੇਰੇ ਮੂੰਹ ਚ ਪਾਣੀ ਹੁੰਦਾ ਪਿਆਰ ਇਹ ਤਾਂ ਮੋਜਾਂ ਆ ਰਹੀਆਂ ਸਲਾਮ ਵਾਤ ਮੋਜਾਂ ਉਹ ਫਿਰ ਇਹ ਬੜੇ ਰਾਜ਼ੀ ਹੁੰਦੇ ਨੇ ਆ ਭਾਈ ਜਿਲੇ ਇਹਨਾਂ ਦੇ ਆਉਣ ਤੋਂ ਪਹਿਲੇ ਪਹਿਲੇ ਨਾ ਮੈਂ ਬਿਲਕੁਲ ਇੰਜ ਮਜ਼ੇਦਾਰ ਜਿਹਾ ਮਾਹੌਲ ਇੱਕ ਬਣਾ ਕੇ ਰੱਖਿਆ ਹੁੰਦਾ ਖਾਣੇ ਦਾ ਫਿਰ ਇਹ ਆ ਕਿ ਰੈਤਾ ਹੈ ਦਹੀਂ ਇਥੋਂ ਮੈਂ ਲਿਓਣਾ ਹੈ ਦਹੀਂ ਲਿਆ ਸੁਥਰਾ ਦਹੀਂ ਲਿਆ ਕੇ ਹਾਂ ਤੇ ਤਵੇ ਦੇ ਉੱਤੇ ਨਾ ਹਲਕਾ ਜਿਹਾ ਜੀਰਾ ਜਿਹੜਾ ਆ ਬਰਾਊਨ ਕਰਕੇ ਤੇ ਤਲੀ ਨਾਲ ਮਲ ਕੇ ਜਿਹੜੇ ਮੈਂ ਸੁੱੜਦਾ ਨਾ ਦਹੀਂ ਚ ਰਾਣਾ ਹਾਂ ਜਾਂਦੇ ਯਾਰ ਤੇ ਮਗਰੇ ਰੋਟੀ ਖਾ ਲੈਂਦੇ ਫੇ ਆਪਣੀ ਡਿਸ਼ ਦੇ ਮਗਰੇ ਲਾ ਲਿਆ ਤੂੰ ਤੇ ਮੀਨੇ ਜਿਹੜੀਆਂ ਮੈਂ ਚਟਣੀਆਂ ਬਣਾਉਣਾ ਉਹ ਇਹਨਾਂ ਨੂੰ ਮੈਂ ਚਟਣੀ ਬਣਾ ਕੇ ਦਿੱਤੀ ਐ ਕਾਦੀ ਕਾਦੀ ਇਹ ਦੇਖ ਲੈ ਕਿ ਅਦਰਕ ਹਾਂ ਲਸਣ ਹਾਂ ਪੁਦੀਨਾ ਹਾਂ ਅਨਾਰਦਣਾ ਜ਼ੀਰਾ ਹਾਏ ਤੇ ਮੀਨੇ ਇਹ ਦੇਖ ਲਾ ਤੂੰ ਕਿ ਬੁਰਕੀ ਲਾਉਣੀ ਹੈ ਨਾ ਤੂੰ ਚਟਣੀ ਨਾਲ ਕੀ ਦੋ ਜਦੋਂ ਤੂੰ ਕਹੇਗਾ ਯਾਰ ਮੀਨੇ ਯਾਰ ਹੁਣ ਲਵਾ ਦੇ ਆ ਜੇ ਆ ਇਤੇ ਵਾਵਾ ਦਿਲ ਲੱਗਾਇਆ ਮੀਨੇ ਮੇਰਾ ਚੱਲ ਅੱਲਾ ਯਾਰ ਤੈਨੂੰ ਖੁਸ਼ ਰੱਖੇ ਹਾਂ ਤੇ ਉਹ ਇਹ ਆ ਕਿ ਇਹ ਪਹਿਲੀ ਮੰਜ਼ਲ ਤੇ ਆ ਉੱਤੇ ਐ ਕੋਈ ਉਹ ਕੀ ਕਹਿੰਦੇ ਨੇ ਫਲੈਟ ਆ ਹਰ ਫਲੈਟ ਨਹੀਂ ਕੋਠੀ ਆ ਅੱਛਾ ਤੇ ਉਹਦੇ ਚ ਥੱਲੇ ਮਾਲਕਨ ਰਹਿੰਦੀ ਹੈ ਮਾਲਕਨ ਕੇ ਮਾਲਕ ਹੈ ਨਹੀਂ ਮਾਲਕਨ ਬੋ ਬੰਦਾ ਫੌਤ ਹੋ ਗਿਆ ਓਹੋ ਅੱਛਾ 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 ਉਹ ਕਿਰਾਏ ਤੇ ਦਿੱਤਾ ਹੋਣਾ ਨੇ ਹਾਂਜੀ ਤੇ ਉਤਲਾ ਉਤ ਕਮਰਾ ਕਿਰਾਏ ਤੇ ਦਿੱਤਾ ਹੈ ਅੱਛਾ ਤੇ ਬਹੁਤ ਅੱਛੀ ਔਰਤ ਆ ਓ ਨਹੀਂ ਨਹੀਂ ਭਾਈ bade bade change log ਆ ਮਤਲਬ ਦੇਖਣਾ ਬੰਦਾ ਫੌਤ ਹੋ ਗਿਆ ਯਾਰ ਹਾਂਜੀ ਤੇ ਉਹਨੇ ਮੁੰਡੇ ਖੁੰਡੇ ਰੱਖੇ ਪੁੱਤਰਾ ਤਾਂ ਨੇ ਰੱਖੇ ਹੋਣੇ ਉਹਨੇ ਔਰ ਔਰਤ ਹਲੇ ਮਤਲਬ ਕਿ ਕੁਝ ਜ਼ਿਆਦਾ ਨਹੀਂ ਹੈਗੀ ਮਤਲਬ ਕਿ ਹੋਣੀ ਹੈ ਕੋਈ ਮਤਲਬ ਤੇਰੀ ਹਾਨਣ ਲਾਲਾ ਯਾਨੀ ਕਿ ਕੋਈ 30 35 ਸਾਲ ਦੀ ਆ ਤਕਰੀਬਨ ਇੰਨੀ अच्छा हां ते ओ ए के, के है, वाँ, वाँ। है। मैं मैं ए के यानी के ओ खांदे पिंदे ਘਾਦੀਆ हां खांदे पिंदे यार ਕੋਠੀ ਉਹ 20 ਕੋਠੀਆਂ ਨੇ ਉਹਦੀਆਂ ਭਾਈ ਕਿਰਾਏ ਤੇ ਦਿੱਤੇ ਫਲੈਟ ਮਤਲਬ ਆਪਣੇ ਹੈ ਨਾ ਹਾਂਜੀ ਇੱਕ ਪਲਾਜ਼ਾ ਵੀ ਆ ਇੱਥੇ اسلامబాద్ ਚੋ ਦਾ ਵਾ ਵਾ ਹਾਂ ਤੇ ਬਾਹਰ ਹਾਂ ਮੈਂ ਤਾਂ ਮੈਂ ਉੱਥੇ ਹੀ ਹਾਂ ਤੇ ਉਹ ਇਹ ਹੁੰਦਾ ਕਿ ਜिले ਸਰਦੀਆਂ ਨੇ ਨਾ ਹਾਂ ਉਹ ਫਿਰ ਮੈਂ ਉਹਦੇ ਕੋਲ ਜਾ ਕੇ ਬਹਿ ਜਣਾ ਹੁੰਨਾ ਅੱਛਾ ਹਾਂ ਤੇ ਫਿਰ ਉਹ ਕੱਲੀ ਹੈ ਨਾ ਤਨਹਾਈ ਦਾ ਸ਼ਿਕਾਰ ਹੈ ਉਹ ਆ ਮਤਲਬ ਚਲੋ ਦਿੱਲੀ ਲਾਉਣਾ ਯਾਰ ਕੋਈ ਗੱਲ ਨਹੀਂ ਹਾਂ ਫਿਰ ਇਹ ਕਿ ਅਸੀਂ ਦੋਨੋਂ ਬੈਠੇ ਅਦਰਕ ਕਦੀ ਛਿੱਲੀ ਗਏ ਕਦੀ ਲਸਣ ਛਿੱਲੀ ਗਏ ਵਾਹ ਨਾਲ ਨਾਲ ਮੈਂ ਲਸਣ ਦੀਆਂ ਪੋਥੀਆਂ ਛੇਲਦਾ ਰਹਿਣਾ ਹੁੰਦਾ ਨਾਲ ਨਾਲ ਫਿਰ ਉਹਦੇ ਨਾਲ ਗੱਲਾਂ ਕਰੀ ਜਾਂਦਾ ਹੁੰਦਾ ਕੱਲ ਮੈਂ ਬੈਠਾ ਸੀ ਗਿਆ ਅਦਰਕ ਹੋ ਗਿਆ ਤੇ ਨਾਲ ਰਾਣਾ ਨਹੀਂ 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 ਕੱਲ ਨਾਲ ਅਸੀਂ ਮੀਨੇ ਅਸੀਂ ਕੱਲ ਨਾਲ ਲਸਣ ਛਿਲ ਰਹੇ ਸੀ ਅੱਛਾ ਧੁੱਪੇ ਬੈਠੇ ਅੱਛਾ ਤੇ ਨਾਲ ਫਿਰ ਮੈਂ ਮੂਲੀ ਲੈ ਕੇ ਆਇਆ ਸੀ ਮਾਰਕੀਟੋਂ ਬੜੀ ਇੱਕ ਅੱਛੀ ਉਫ ਮੈਂ ਛਿੱਲ ਕੇ ਉੱਤੇ ਹਲਕਾ ਜਿਹਾ ਚੂਰਨ ਲਾ ਕੇ ਨਾ ਵਾਹ ਵਾਹ ਸੈਂਟਰ ਚੋਂ 8 ਕਲਾਸ਼ਾਂ ਕਰਕੇ ਉਹਦੀਆਂ 8 ਪੀਸ ਕਰਕੇ ਹਾਂ ਫਿਰ ਉਹ ਮੇਰੇ ਕੋਲ ਬੈਠੀ ਸੀ ਤੇ ਮੈਂ ਇੱਕ ਇੱਕ ਕਲਾਸ਼ ਕਰਕੇ ਉਹਨਾਂ ਨੂੰ ਦੇ ਰਿਆ ਸੀਗਾ ਵਾਹ ਵਾਹ ੁੱਪੇ ਬਹਿ ਕੇ ਵੈਸੇ ਆਪਸ ਦੀ ਗੱਲ ਹੈ ਰਣਾ ਹਾਂ ਮੜਾ ਵੈਜੀਟੇਬਲ ਵੈਜੀਟੇਰੀਅਨ ਪਿਆਰ ਸ਼ੁਰੂ ਹੋ ਰਿਹਾ ਤੁਹਾਡਾ ਹਾਂ ਇਹ ਵੀ ਮੈਂ ਕਿਨੂ ਨਾ ਛਿੱਲ ਕੇ ਨਹੀਂ ਹਾਂ ਮਤਲਬ ਕਿ ਕਿਨੂ ਛਿੱਲਿਆ ਹਾਂ ਛਿੱਲ ਕੇ ਤੇ ਉਹਦੇ ਸੈਂਟਰ ਚ ਦੋ ਪੀਸ ਕਰਨੇ ਨੇ ਕੀ ਬਾਤ ਉਹ ਮੈਂ ਤਾਜ਼ਾ ਤਾਜ਼ਾ ਛਿੱਲ ਕੇ ਅੱਗੇ ਰੱਖ ਕੇ ਉੱਤੇ ਹਲਕਾ ਜਿਹਾ ਨਾ ਜਿਹੜਾ ਚਾਟ ਮਸਾਲਾ ਹੁੰਦਾ ਹਾਂ ਆ ਉਹ ਧੂੜ ਕੇ ਤੇ ਮੈਂ ਕੱਲਾ ਕੱਲਾ ਦੇ ਹੀ ਗਿਆ ਤੇ ਮਾਲਟਾ ਜਿਹੜਾ ਮੈਂ ਕਿੰਨੂੰ ਲਿਆਂਦਾ ਬਹੁਤ ਸਖਤ ਮਦ ਨਰਮ ਕਿੰਨੂੰ ਐਡਾ ਅੱਛਾ ਖਾਣ ਵਾਲਾ ਨਾ ਹੁੰਦਾ ਧੁੱਪ ਲੱਗੀ ਹਾਂਜੀ ਤੇ ਲਿਆਂਨਾ ਮੈਂ ਉਹ ਹੁੰਦਾ ਜਿਹਦੇ ਨਾਲ ਪੱਤੇ ਹੋਣ ਤੇ ਡੰਡੀ ਵਾਲਾ ਕਿੰਨੂੰ ਉਹ ਯਾਰ ਪੱਤਿਆਂ ਵਾਲੇ ਕਿੰਨੂੰ ਹੁੰਦੇ ਸਾਰੇ ਯਾਰ ਹਨਾ ਆਏਗੇ ਆ ਨਹੀਂ ਨਹੀਂ ਕਈ ਓਦਾਂ ਵੀ ਹੁੰਦੇ ਨਾ ਸਟੋਰ ਸਟੋਰ ਦੇ ਜਿਹੜੇ ਕੋ ਕੱਲੇ ਹੀ ਹੁੰਦੇ ਆ ਗੰਜੇ ਜੇ ਆਹੋ ਆਹੋ ਐਦਾਂ ਵੀ ਹੁੰਦੇ ਸਹੀ ਹਾਂ ਜਿਹੜਾ ਡੰਡੀ ਵਾਲਾ ਕਿੰਨੂੰ ਹੁੰਦਾ ਨਾ ਉਹ ਜ਼ਰਾ ਠੀਕ ਹੁੰਦਾ ਕੰਮ ਆਹ ਠੀਕ ਆ ਤੇ ਫੇਰ ਆ ਤੇ ਕੱਲ ਬੈਠੇ ਤੇ ਉਹ ਜ਼ਿਲੇ ਮੈਂ ਪਿਆਜ਼ ਛੱ ਤੇ ਪਿਆਜ਼ਾਂ ਦੀ ਪਈ ਕੜਤਣ ਅੱਖਾਂ 'ਚ ਉਹ ਤੇ ਯਾਰ ਤੂੰ ਕਿਤੇ ਪਰੇ ਜਾ ਕੇ ਯਾਰੋ ਮਤਲਬ ਬੋਲ ਰਿਹਾ ਨਹੀਂ ਕੋਲ ਬੈ ਕੇ ਫਿਰ ਗੱਲਾਂ ਵੀ ਕਰਨੀਆਂ ਹੁੰਦੀਆਂ ਨੇ ਅੰਨੇ ਅੱਛਾ ਅੱਛਾ ਆ ਤਾਂ ਫੇਰ ਕੀ ਹੋਇਆ ਤੇ ਮੈਂ ਮੈਂ ਉਹਨੂੰ ਕਿਹਾ ਮੈਂ ਕਿਹਾ ਤੁਹਾਡੀ ਅੱਖਾਂ 'ਚੋਂ ਮਤਲਬ ਪਾਣੀ ਨਿਕਲਣ ਦੇ ਆ ਅੱਛਾ ਤੁਸੀਂ 35 ਸਾਲ ਦੇ ਆ ਤੇ ਇੰਨੇ ਖੂਬਸੂਰਤ ਲੱਗ ਰਹੇ ਆ ਵਾ ਵਾ ਜਦੋਂ ਤੁਸੀਂ ਕੋਈ 22 24 ਸਾਲ ਦੇ ਹੋਵੋਗੇ ਹਾਂ ਉਦੋਂ ਇਹ ਅੱਖਾਂ ਕਿੰਨੀਆਂ ਖੂਬਸੂਰਤ ਹੁੰਦੀਆਂ ਹੋਣਗੀਆਂ ਆਹਾ ਸਵਾਲ ਤਾਂ ਜੰਗਾ ਸੀ ਆ ਫੇਰ ਕੀ ਕਹੇ ਉਹਨੇ ਫਿਰ ਮੈਨੂੰ ਆਪਣੀ ਦਾਸਤਾਨ ਸੁਣਾਈ ਯਾਰ 35 ਸਾਲ ਦੀ ਮਤਲਬ ਦਾਸਤਾਨ ਕਾਦੀ ਵਿਆਹ ਦੀ ਸੁਣਾਈ ਹਾਂ ਅੱਛਾ ਕੀ ਕਹਿੰਦੀ ਮਤਲਬ ਕਿ ਮੀਨੇ ਮੁਖਤਸਰ ਗੱਲ ਇਹ ਆ ਹਾਂ ਕਿ ਉਹਨੇ ਮੈਨੂੰ ਕਿਹਾ ਕਿ ਮੇਰੇ ਵਾਸਤੇ ਨਾ ਰਿਸ਼ਤਾ ਲੱਭੋ ਓਏ ਨਾ ਕਰ ਯਾਰ ਹਾਂ ਆ ਹੋਏ ਨੇ ਦਿਨ ਹੋ ਗਏ ਮਤਲਬ ਯਾਨੀ ਕਿ ਤੁਹਾਡੀ ਸਾਂਜੀ ਬਣ ਗਈ ਉਹਨੇ ਕਿਹਾ ਚੱਲ ਦਿਲ ਦੀ ਗੱਲ ਇਹਦੇ ਨਾਲ ਕਰ ਦਈਏ ਆ ਦਿਲ ਦੀ ਗੱਲ ਕਰ ਲਈਏ ਨਾ ਰੇ ਯਾਰ ਉਹਦਾ ਵਿਚਾਰੀ ਤਾਂ ਕਿਤੇ ਰਾਣਾ ਤੇਰੇ ਕਿਹੜੇ ਕੋਈ ਵਾਕਫ ਨਹੀਂ ਆਗੇ ਲੋਕ ਯਾਰ ਹਾਂ ਮੀਨੇ ਜਹਾਂਦੀ ਤੇਨੂੰ ਮੈਂ ਸੋਚ ਰਿਹਾ ਕਿ ਮੈਂ ਤੇਰਾ ਵਿਆਹ ਕਰਾ ਦਵਾਉ ਉੱਥੇ ਮੈਂ। ਅਨਾ ਕਰ ਯਾਰ ਮੈਂ ਮੜਾ ਆਦਮੀ ਗਰੀਬ ਪਤਾ ਤੂੰ ਮਹੱਲਾ ਦੀ ਗੱਲ ਕਰ ਰਹੇ ਨੇ ਯਾਰ ਤੇਰੀ ਮੀਨੇ ਜ਼ਿੰਦਗੀ ਬਣ ਜਾਣੀ। ਓਏ ਉਹ ਤਾਂ ਠੀਕ ਆ ਲੇਕਿਨ ਯਾਰ ਮੈਂ ਮੈਂ ਨਾ ਬਸ ਇਹ ਵਿਆਹ ਦੇ ਬਾਰੇ ਸੋਚਿਆ ਨਹੀਂ ਯਾਰ। ਨਹੀਂ ਨਹੀਂ ਮੀਨੇ ਹਾਂ ਮੇਰੀ ਮੰਨ ਲਾ ਇਹ ਆ ਕਿ ਸਾਰੀ ਜ਼ਿੰਦਗੀ ਸੁਖੀ ਰਹੇਗਾ ਉਹ 5-6 ਮਹੀਨੇ ਕੈਨੇਡਾ ਰਹਿੰਦੀ ਹੈ। ਵਾਹ ਤੇ ਬਾਕੀ ਇੱਥੇ ਪਾਕਿਸਤਾਨ ਕਦੀ ਕਿਤੇ ਕਦੀ ਕਿਤੇ ਮਤਲਬ ਪੈਸਾ ਨਾ ਕਿਰਾਇਆ ਹੀ ਜਿਹੜਾ ਨਾ ਉਹਨੂੰ ਹਾਂ ਕੁੱਤੀ 35 ਲੱਖ ਰੁਪਏ ਦਾ ਕਿਰਾਇਆ ਹੁੰਦਾ ਉਹਨੂੰ ਕਿੰਨਾ 30 35 ਲੱਖ ਰੁਪਏ ਪਲਾਜ਼ਾ ਆ ਕੋਠੀਆਂ ਨੇ ਇੱਧਰ ਉੱਧਰ ਉਹ ਨਹੀਂ ਉਹ ਨਹੀਂ ਭਾਈ ਮੇਰੇ ਨਿਵਾਸ ਦਾ ਕੰਮ ਹੈਗਾ ਯਾਰ ਏਡੀ ਵੱਡੀ ਨਹੀਂ ਨਹੀਂ ਮੀਨੇ ਕੋਈ ਰੌਲਾ ਨਹੀਂ ਯਾਰ ਮੈਂ ਤੇਰਾ ਭਰਾ ਤੇਰੇ ਵਿਆਹ ਤੇ ਜਿੰਨੇ ਪੈਸੇ ਲੱਗਣਗੇ ਤੇਰਾ ਭਰਾ ਆਪ ਲਾਏਗਾ ਉਹ ਯਾਰ ਉਹ ਵੱਡੇ ਬੰਦੇ ਆ ਯਾਰ ਨਹੀਂ 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 ਮੀਨੇ ਕੋਈ ਮਸਲਾ ਨਹੀਂ ਹੈਗਾ ਮੈਂ ਮੁੜ ਕੇ ਇੱਥੇ ਰਹਿਣਾ ਹੈ ਆ ਤੂੰ ਸਲਾਮ ਬਾਦ ਇੱਥੇ ਸੈਟ ਹੋ ਜੀ ਪੱਕਾ ਪੱਕਾ ਫੇ ਮੇਰੇ ਕੋਲ ਵੀ ਕੋਈ ਨਹੀਂ ਮੈਂ ਤਾਂ ਉਹ ਨਹੀਂ ਨਹੀਂ ਉਹਦੇ ਘਰ ਰਹਿਣਾ ਤੂੰ ਉਹਦੇ ਕੋਈ ਇੱਕ ਘਰ ਨੇ ਨਹੀਂ ਉਹ ਤੇ ਘਰ ਜਵਾਈ ਵਾਲਾ حساب ਹੋ ਜਾਂਦਾ ਨਹੀਂ ਨਹੀਂ ਘਰ ਜਵਾਈ ਵਾਲਾ ਕਹਦਾ ਸਾਬ ਤੂੰ ਮਾਲਕ ਹੋਣਾ ਘਰ ਦਾ ਮੈਂ ਪਹਿਲੇ ਗੱਲ ਕਰਨੀ ਹੈ ਕਿ ਜੀ ਇਹ ਘਰ ਜਵਾਈ ਵਾਲਾ ਸਿਸਟਮ ਨਹੀਂ ਹੈਗਾ ਇਹ ਮਾਲਕ ਹੋਣਗੇ ਨਾਲੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਮੈਨੂੰ ਕਹਿੰਦੀ ਜਿੱਦ ਨਾਲ ਮੇਰਾ ਵਿਆਹ ਕਰਾਏਗਾ ਨਾ ਹਾਂ ਮੈਂ ਆਪਣੇ ਸਾਰੇ ਮਾਮਲੇ ਜਿਹੜੇ ਜ਼ਿੰਦਗੀ ਦੇ ਨੇ ਉਹਦੇ ਹਵਾਲੇ ਕਰ ਦੇਣੇ ਨੇ ਮੈਂ ਕਹਿੰਦੀ ਉਹਦੇ ਕੋਲੋਂ ਸਿਰਫ ਖਰਚਾ ਹੀ ਮੰਗਿਆ ਕਰਨਾ ਕਿ ਆ ਮੈਨੂੰ ਦੇ ਦਿਓ ਜੀ 1500 ਤੇ ਮੈਨੂੰ ਦੇ ਦਿਓ 2000 ਬਾਕੀ ਕਹਿੰਦੀ ਉਹ ਸਾਰਾ ਉਹਦਾ ਮਾਲਕ ਹੋ ਜਾਣਾ ਉਹ ਤੇ ਅੱਲਾ ਦਾ ਸ਼ੁਕਰ ਹੈ ਤੈਨੂੰ ਪਤਾ ਤੇਰੇ ਭਰਾ ਨੇ ਮੈਨੇ ਦੀ ਆਦਤ ਆ ਯਾਰ ਆਪਾਂ ਵੇਲੇ ਬੈਈਦਾ ਹੀ ਨਹੀਂ ਆ ਤੇ ਕੰਮ ਤੇ ਕਰਦੇ ਰਿਹਾ ਲੇਕਿਨ ਮੈਨੂੰ ਯਾਰ ਮੈਨੂੰ ਤਾਂ ਕੋਈ ਸਮਝ ਨਹੀਂ ਆ ਰਹੀ ਰਾਣੀ ਨਹੀਂ ਨਹੀਂ ਮੈਨੇ ਕੋਈ ਅਸੀ ਗੱਲ ਨਹੀਂ ਯਾਰ ਇਹ ਉਹ ਅਸਲ 'ਚ ਨਾ ਦਿਲ ਟੁੱਟਿਆ ਹੈ ਨਾ ਆਹ ਦਿਲ ਉਹਦਾ ਬਹੁਤ ਜ਼ਿਆਦਾ ਟੁੱਟ ਗਿਆ ਤਲਾਕ ਹੋ ਗਈ ਸੀ ਜਾਂ ਕੀ ਨਹੀਂ ਤਲਾਕ ਨਹੀਂ ਪਹਿਲੇ 4-5 ਵਿਆਹ ਕੀਤੇ ਹੋਣੇ ਨਹੀਂ ਅਜੀ ਜੀ ਜੇ ਤੂੰ ਗੱਲ ਕਰਨੀ ਆ ਇਹਨੂੰ ਤਲਾਕ ਹੋਈ ਸੀ ਨਹੀਂ ਤਲਾਕ ਨਹੀਂ ਹੋਈ ਪਹਿਲੇ ਇਹਨੇ 4-5 ਵਿਆਹ ਕੀਤੇ ਉਹ ਇਹ ਕਿ ਕਿੰਨੇ ਵਿਆਹ ਕੀਤੇ 4-5 ਵਿਆਹ ਕੀਤੇ ਤੇ ਉਹ ਵਿਆਹ ਤੋਂ ਨਾ ਦੂਸਰੇ ਤੀਸਰੇ ਦਿਨ ਹਰ ਵਾਰੀ ਉਹਦਾ ਬੰਦਾ ਮਰ ਜਾਂਦਾ ਸੀ ਬੰਦਾ ਮਰ ਜਾਂਦਾ ਸੀ ਆਹੋ ਇਸ ਚੱਕਰ 'ਚ ਉਹਨੇ ਨਾ ਅਗਲੀ ਵਾਰੀ ਵਿਆਹ ਕੀਤਾ ਕਿ ਸ਼ਾਇਦ ਇਤ ਕੀ ਨਾ ਮਰੇ ਅੱਛਾ ਇਹ ਰਗੇ ਉਹ ਵੀ ਮਰ ਗਿਆ ਇਹ ਤੀਸਰਾ ਕੋਈ ਮਰ ਗਿਆ ਦੂਆ ਮਰ ਗਿਆ ਫੇ ਫਿਰ ਸਾਲ ਠਹਿਰ ਕੇ ਤੀਸਰਾ ਕੀਤਾ ਅੱਛਾ ਉਹ ਤੇ ਮਨ ਤੋਂ ਸਮਝ ਲਓ ਕਿ ਉਹ ਬਸ ਵਿਆਹ ਕੇ ਆਏ ਆ ਅੱਛਾ ਤੇ ਮਰ ਗਿਆ ਹਾਂ ਮਰ ਗਿਆ ਹਾਂ ਉਹ ਬੇੜਾ ਤੜੇ ਬੜੀ ਨੇ ਫਿਰ ਚੌਥਾ ਕੀਤਾ ਉਹ ਤੇਰੇ ਵਰਗਾ ਇੱਕ ਆਦਮੀ ਸੀਗਾ شریف ਆਦਮੀ ਗਰੀਬ ਸੀਗਾ ਅੱਛਾ ਇਹ ਸਾਰੀ ਸਟੋਰੀ ਉਹਨੇ ਮੈਨੂੰ ਦੱਸੀ ਚੌਥਾ ਕਰ ਲਿਆ ਹਾਂ ਉਹਨੇ ਢਾਈ ਦਿਨ ਢਾਈ ਫੱਟ ਲੱਗੇ ਬਸ ਉਹ ਉੱਗ ਗਿਆ ਨੇ ਯਾਨੀ ਕਿ ਫਾਟ ਹੋ ਗਿਆ ਦੋ ਤਾਈ ਦਿਨ ਬਾਅਦ ਹੀ ਹਾਂ ਮਰ ਗਿਆ ਮਰ ਗਿਆ ਮਤਲਬ ਕਿ ਹਾਲੇ ਤੱਕ ਪੰਜਾਂ ਵਿਆਹਾਂ ਚ ਕਿਸੇ ਨੇ 3 ਦਿਨ ਨਿਕੰਡੇ 3 ਦਿਨ ਤੋਂ ਪਹਿਲੇ ਹੀ ਦਮਿਲਸ਼ਕਰ ਹੇ ਆਏ ਹਾਂ ਯਾਨੀ ਕਿ ਇਹ ਜਿਦਨੇ ਪਹਿਲੇ ਆਲਰੇਡੀ ਪੰਜ ਵਿਆਹ ਕਰ ਲਏ ਨੇ ਚਾਰ ਦੀ ਇਜਾਜ਼ਤ ਹੁੰਦੀ ਆ ਉਹਨੇ ਪੰਜ ਕਰ ਲਏ ਆ ਤੇ ਪੰਜੇ ਬੰਦੇ ਮਰ ਗਏ ਨੇ ਤੇ ਇੱਕ ਵਿਆਹ ਤਾਂ ਥੋੜੀ ਦਰ ਬਾਅਦ ਫੜ ਗਿਆ ਫੇਰ ਦੂਆ ਫੜ ਗਿਆ ਤੀਆ ਫੜ ਗਿਆ ਚੌਥਾ ਦੋ ਢਾਈ ਦਿਨ ਬਾਅਦ ਫੜ ਗਿਆ ਹੂੰ ਨਹੀਂ ਉਹਦੇ ਨਾਲ ਮੇਰਾ ਵਿਆਹ ਮੇਰਾ ਕਰਾਉਣਾ ਹਾਂ ਮੀਨੇ ਬਹੁਤ ਅੱਛੀ ਔਰਤ ਹੈ ਓਏ ਇੱਕ ਮਿੰਟ ਲੋ ਇੱਕ ਮੇਰੀ ਪਹਿਲੇ ਪਹਿਲੇ ਸੋਣ ਲਿਆ ਕਰ ਫੇਰ ਬੋਲਿਆ ਕਰ ਯਾਨੀ ਕਿ ਉਹ ਔਰਤ ਨੈਸ਼ ਆ ਜਾਂ ਕਿ ਮਤਲਬ ਕੀ ਚੱਕਰ ਹੈ ਮੇਰਾ ਵਿਆਹ ਇਹਦਾ ਕਿਸ ਚੱਕਰ ਦੇ ਵਿੱਚ ਮੇਰਾ ਤਾਂ ਪਹਿਲਾਂ ਵੀ ਨਹੀਂ ਹੋਇਆ ਯਾਰ ਤੇ ਮਤਲਬ ਪੰਜ ਵਿਆਹ ਲਈ ਔਰਤ ਦੇ ਨਾਲ ਮੈਂ ਕਿਦਾਂ ਵਿਆਹ ਕਰ ਲਵਾਂ ਈਆ ਦਲੇ ਬੰਦੇ ਕਿਉ ਮਾਰੇ ਆਪਣਾ ਮਰੇ ਆ ਉਹ ਕੀ ਚੱਕਰ ਕਿਉ ਮਾਰੇ ਉਹ ਜ਼ਹਿਰ ਦੇ ਕੇ ਮਾਰਦੀ ਨਹੀਂ ਨਹੀਂ ਹਾਂ ਉਹ ਮਤਲਬ ਕਿ ਮੀਨੂ ਨੇ ਦੱਸਿਆ ਹੈ ਕਿ ਉਹ ਨਿੱਕੇ ਹੁੰਦੇ ਆ ਨਾ ਹਾਂ ਉਹ ਕਿਤੇ ਨਾ 베ਰੀ ਤੋਂ ਉਹਨੇ ਕੋਈ 베ਰ ਤੋੜੇ ਸੀ ਰੋੜਾ ਮਾਰ ਕੇ ਮੈਂ ਬੁੱਢੀ ਨੇ ਹਾਂ ਅੱਛਾ ਉੱਥੋਂ ਇਹਨੂੰ ਚਿੰਬੜੀ ਇੱਕ ਚੜੇਲ ਤੇ ਨਾਲ ਹੈਗਾ ਇੱਕ ਜਿੰਨ ਆ ਲੈ ਕਰ ਲੈ ਉਹ ਹੁਣ ਇਹ ਹੁੰਦਾ ਆ ਕਿ ਇਹ ਜਿੰਨ ਵਾਲੇ ਨੂੰ ਹਾਂ ਇਹ ਜਿੰਨ ਚਿੰਬੜੀ ਤੇ ਉਹ ਇਹ ਹੁੰਦਾ ਕਿ ਜਿਹੜੇ ਵਿਆਹ ਕਰਾਉਂਦੀ ਹੈ ਨਾ ਤੇ ਉਹ ਜਿੰਨ ਨੂੰ ਚੜਦਾ ਹੈ ਗੁੱਸਾ ਹਾਂ ਉਹ ਫਿਰ ਨਾ ਜਿਹਦੇ ਨਾਲ ਵਿਆਹ ਹੁੰਦਾ ਹੈ ਨਾ ਹਾਂ 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 ਚੰਦਾ ਪਿਆ ਬੋਲ 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 ਮੈਲਾਪਰਾ ਬੋਲ ਸ ਆ ਆ ਸ਼ੁਰੂ ਹੋ ਸ਼ਾਬਾਸ਼ ਹਾਂ acha ਫਿਰ ਜੇ ਜੇ ਉਹਦੇ ਨਾਲ ਰਹਿੰਦਾ ਕੀ ਕਹਿੰਦਾ ਬੰਦੇ ਨੂੰ ਜਿੰਨ ਕੋ ਬਰਦਾਸ਼ਤ ਨਹੀਂ ਹੁੰਦਾ ਕਿ ਇਸ ਔਰਤ ਦਾ ਖਾਵੰਦ ਕੋਈ ਹੋਰ ਬਣੇ ਕਿਉਂਕਿ ਜਿੰਨ ਆਸ਼ਿਕ ਹਨ ਇੱਤੇ ਵਾਹ ਛੋਟੇ ਹੁੰਦੇ ਦਾਈ ਹਾਂ ਉਹ 베ਰੀ ਮੇਰੀ ਤੇ ਜਦੋਂ ਵੱਟਾ ਮਾਰਿਆ ਸੀ ਉਦੋਂ ਦਾਈ ਉਦੋਂ ਦਾਈ ਤੇ ਫਿਰ ਉਹ ਨਾ ਜਿਹਦੇ ਨਾਲ ਵਿਆਹ ਹੁੰਦਾ ਹਾਂ ਉਹਦੀ ਸੰਗੀ ਮਰੋੜ ਦਿੰਦਾ ਅ ਯੱਲਾ ਮਾਫ ਕਰਦੇ ਹਾਂ ਅੱਲਾ ਮੈਂ ਕਿ ਫੇਰੇ ਦਾ ਫੋਨ ਸੁਣ ਲੇਗੇ ਅੱਛਾ ਹੁਣ ਮੇਰੇ ਲਈ ਕੀ ਖਿਦਮਤ ਆ ਉਹ ਬਦਰਾ ਬੋਲੀ ਹੈਲੋ ਓਏ ਬਲੀ ਜਰਾ ਮੇਰੀ ਇੱਕ ਛੋਟੀ ਜੀ ਗੱਲ ਸੁਣ ਲੈ ਰੋਟੀ ਮੇਰੇ ਅੱਗੇ ਪਈ ਏ ਮਾਵਾ ਦੀ ਦਾਲ ਐ ਨਾਲ ਦੇਸੀ ਘਿਓ ਦੀ ਚੋਪਰੀ ਰੋਟੀ ਨਾਲ ਚਟਨੀ ਇਹ ਮੈਂ ਹਲੇ ਖਾਧੀ ਨਹੀਂ ਤੂੰ ਮੇਰੀ ਉਹ ਰਕਵਾ ਕੇ ਤੇ ਇਹ ਬਿਆਨ ਕੀਤਾ ਵੀ ਇੱਕ ਪੰਜ ਮਰਦਾ ਬੰਦਿਆਂ ਦੀ ਇਹ ਬੇਵਾਏ ਉਹਦੇ ਨਾਲ ਉਹਦਾ ਇੱਕ ਕਲਾਸ ਫੈਲੋ ਜਿੰਨ ਐ ਉਹਦੇ ਨਾਲ ਹੀ ਵਧਿਆ ਪਲਿਆ ਉਹਦੇ ਨਾਲ ਮੈਂ ਵਿਆਹ ਕਰਾ ਲਾਂ ਇਸ ਵਾਰ ਸਿਰਫ ਹੁੰਗੀ ਤੇ ミネ ਅੱਖਾਂ ਜਿੰਨੀਆਂ ਖੂਬਸੂਰਤ ਨੇ ਨਾ ਫੇਸ ਜਿੰਨਾ ਖੂਬਸੂਰਤ ਹੈ ਵੀ ਨਾਲ ਦੱਸਣਾ ਭਈ ਦੋਵਾਂ ਚ ਕਹਦੀਆਂ ਉਹਦੀਆਂ ਕਿ ਇਹ ਉਹ ਜਿਹੜਾ ਅੰਦਰ ਵੜਿਆ ਉਹਦੇ ਜਿੰਨੇ ਸਤਾਨ ਉਹਦੀਆਂ ਦੋਵਾਂ ਚ ਬਕਵਾਸ ਕਰਨਾ ਪਹਿਲੇ ਕਿ ਦੋਵਾਂ ਚ ਅੱਖਾਂ ਕਹਦੀਆਂ ਸੋਹਣੀਆਂ ਉਹ ਕਿ ਨਾਲੇ ਕਹਦੀਆਂ ਅੱਖਾਂ ਚ ਕੌਣ ਦਿਸਦਾ ਹੈ ਮਤਲਬ ਕੁੜੀ ਦੀ ਅੱਖਾਂ ਚ ਦੇਖੀਏ ਤਾਂ ਜਿੰਨੇ ਦਿਸਦਾ ਹੈ ਜਾਂ ਕਿ ਮਤਲਬ ਜਿੰਨੇ ਨੂੰ ਦੇਖੀਏ ਤੇ ਕੁੜੀ ਦਿਸਦੀ ਹੈ ਇਹ ਭੌਂਕਣਾ ਓਏ ਚਪਲੇ ਸਾਨ ਓਏ ਬਾਜ ਆ ਯਾਰ ਦਿਮਾਗ ਨਾ ਖਰਾਬ ਕਰੀਂ ਇਰਾਣੇ ਮੀਨੇ ਬਸ ਇੱਕੋ ਮਸਲਾ ਜਿਹੜੀ ਮੈਡਮ ਨੇ ਨਾ ਹੈ ਮੈਡਮ ਦਾ ਵਜ਼ਨ ਹੈਗਾ 250 ਕਿਲੋ ਕਿੰਨਾ 250 ਕਿਲੋ ਉਹ ਬਹਿ ਬਹਿ ਕੇ ਕੰਮ ਕੋਈ ਨਹੀਂ ਨਾ ਬਹਿ ਬਹਿ ਕੇ ਮੋਟੇ ਹੋ ਗਏ ਓਏ ਡੰਕੀ ਓਏ ਹਾ ਡੰਕੀ ਕੱਲ ਸੁਣਾ ਡੰਕੀ ਆਈ 60 ਕਿਲੋ ਦੀ ਔਰਤ ਨੇ ਮੇਰਾ ਵਿਆਹ ਤੋਂ ਕਰਾਉਣ ਲੱਗਾ ਮੈਨੂੰ ਇੱਕ ਗੱਲ ਦੱਸ ਪਜੇਸ ਮਕਾਨ ਦੇ ਵਿੱਚ ਜੇ ਇਸ ਟੋਟਲ ਮੇਰਾ ਟੋਟਲ ਮੇਰਾ 43 ਤੋਂ 45 ਕਿਲੋ ਵਜ਼ਨ ਜਦੋਂ ਇੱਕ ਪਾਸੇ ਮਕਾਨ ਦੇ ਉਹ ਖਲੋ ਗਈ ਮੇਰੀ ਬਾਜੀ ਪੈਣੀ ਮੈਂ ਨਾਲ ਦੇ ਮਹੱਲੇ ਚ ਡੇਗਣਾ ਮੈਂ ਉਹਦੇ ਧੜੇ ਦੇ ਵਿੱਚ ਮਕਾਨ ਦੇ ਵਿੱਚ ਕੀ ਰੱਖਾ ਉਹ ਚੁਇ ਵੇ ਜਬਲੇ ਸਤਿ ਆਜ਼ਮ ਫਿਲਮ ਹੈ ਬਕਵਾਸ ਆਪਣੀ ਆਪਣੇ ਕੋ ਰੱਖੇ ਮੈਨੂੰ ਕਿਤੇ ਵਿਆਹ ਹੀ ਕਰਾਉਣਾ 250 ਕਿਲੋ ਦੀ ਔਰਤ ਯਾਨੀ ਕਿ ਮੇਰੇ ਘਰ ਟੋਟਲ ਤਿੰਨ ਪਾ ਦੁੱਧ ਹੁੰਦਾ ਹੈ ਹੈ 2 ਕਿਲੋ ਆਟਾ ਹੁੰਦਾ 1/2 ਕਿਲੋ ਗੰਡੇ ਹੁੰਦੇ ਆ ਪਾਈਆ ਪਿਆਜ਼ ਹੁੰਦਾ ਅੱਜ ਤੱਕ ਕੋਈ ਚੀਜ਼ 5 ਕਿਲੋ ਵੀ ਦੀ ਨਹੀਂ ਆਈ ਤੇ ਮੈਂ 250 ਕਿਲੋ ਦੀ ਔਰਤ ਨਾਲ ਵਿਆਹ ਕਰਾ ਲਿਆ ਓਏ ਸਾਲੇ ਉਨੇ ਜੋ ਖਾਣਾ ਹੈ ਨਾ ਮੈਨੂੰ ਆਪਣੇ ਪੂਰੇ ਖਾਨਦਾਨ ਕੋ ਮੰਗੇ ਲਿਆਉਣਾ ਪੈਣਾ ਵੀ ਮੇਰੀ ਬੋਢੀ ਨੇ ਰੋਟੀ ਖਾਣੀ ਹੈ ਯਾਰ ਕੋਈ ਦਿਮਾਗ ਠੀਕ ਆ ਤੇਰਾ ਓਏ ਰਾਨੂੰ ਓਏ ਡੋਂਕੂ ਓਏ ਪੰਪੂ ਓਏ ਫੇਲੇ ਮੈਂ ਬਾਜ਼ਾ ਮੀਨੇ ਹਾਂ ਡੇਟ ਕੀ ਫਿਕਸ ਕਰੀਏ ਡੇਟ ਭਰਾਵਾ ਉਹਨੂੰ ਮੇਰੇ ਵੱਲੋਂ ਦੱਸ ਦੇ ਉਹਨੂੰ ਕਹਿ ਵੀ ਅਸਰ ਤੋਂ ਬਾਅਦ ਚੁੱਕਿਆ ਜਾਣਾ ਹੈ ਜਮਗਰਬ ਤੋਂ ਬਾਅਦ ਫੜਣਾ ਹੈ ਤੇ ਸਵੇਰੇ ਫਜਰ ਤੋਂ ਬਾਅਦ ਉਹਦੇ ਕੋਲ ਆ। ਇਹ ਡੇਟ ਮੇਰੇ ਨਾਲ ਪੱਕੀ ਕਰਦੇ ਸਾਲਿਆ। ਲੈ ਪੰਜ ਬੰਦੇ ਖਾ ਗਈ ਆ। ਇਹ ਦੀ ਨਾ ਸ਼ੋਰ ਤਾਂ ਮੇਰੇ ਬੱਲੇ ਬੰਦੀ ਇਹਦਾ ਦਿਮਾਗ ਠੀਕ ਹੈ ਵਿੱਚ ਜਿੰਨ ਵੜਿਆ। ਸਾਲਿਆ ਮੈਨੇ 30-35 ਲੱਖ ਰੁਪਏ ਕਰਾਇਆ ਹੁੰਦਾ ਹੀ। ਕਰਾਇਆ ਨਾ ਕੈਂ? ਕਿ ਹਰ ਸ਼ੌਹਰ ਕਤਲ ਕਰਨ ਤੋਂ ਬਾਅਦ ਉਹਦਾ ਮੁਆਵਜ਼ਾ ਹੁੰਦਾ ਸਾਲਿਆ। ਤੇ ਜਿੱਡਾ ਮਾਰਾ ਸ਼ੌਹਰ ਉਹਦਾ ਮੈਂ ਹੋਣਾ ਨਾ। ਮੇਰਾ ਲੱਖਾਂ ਜੜੀਆਂ ਹੋਣਾ ਮੇਰਾ 12 13 ਰੁਪਏ ਹੋਣੇ ਮੌਜਾਂ ਲੱਗ ਜਾਣੀਆਂ ਮਹੀਨੇ ਤੇਰੀਆਂ ਹਾਂ ਹਾਂ ਮੈਨੂੰ ਪਤਾ ਬੜੀਆਂ ਮੌਜਾਂ ਲੱਗਦੀਆਂ ਕਦੀ ਉਹ ਬੁੱਢੀ ਨੇ ਮੇਰੀ ਸੰਗੀ ਫੜ ਲਿਆ ਕਰਦੀ ਕਦੀ ਬਾਹਰ ਨਿਕਲ ਕੇ ਉਹਦੇ ਜਿੰਨੇ ਨੇ ਫੜ ਲਿਆ ਕਰਦੀ ਉਹਨਾਂ ਦੋਵਾਂ ਦੀਆਂ ਮੌਜਾਂ ਲੱਗਿਆ ਰਹੀਆਂ ਕਦੀ ਮੈਂ ਆ ਕੇ ਕਦੀ ਉਹ ਪਿੱਛੇ ਕਦੀ ਉਹ ਡਿੱਗ ਪਿਆ ਕਰਨਾ ਮੈਂ ਉਹਦੇ ਉੱਤੇ ਉੱਪੜ ਗਿਆ ਕਰਨਾ ਕਦੀ 250 ਕਿਲੋ ਦੀ ਔਰਤ ਥੱਲੇ ਕਦੀ ਉੱਤੇ ਸਵਿਟਾ ਹੀ ਮੂੰਹ ਮੀਨੇ ਬੜਾ ਵੱਡਾ ਲਾਉਨ ਆ ਦੋਨੋਂ ਉੱਚ ਭੱਜਿਆ ਨਸਿਆ ਕਰੀਓ ਇੱਕ ਦੂਏ ਦੇ ਪਿੱਛੇ ਇੱਕ ਦੂਏ ਨੂੰ ਫੜਿਆ ਕਰੀਓ ਲੁਕਨ ਮਿ ਲੁਕਰ ਮਿਟੀ ਇਹ ਵੀ ਠੀਕ ਆ ਲੁਕਰ ਮਿਟੀ ਖੇលਿਆ ਕਰਾ ਕੇ ਜਦੋਂ ਨੇ ਮੈਨੂੰ ਲੱਭਿਆ ਕਰਨਾ ਮੈਂ ਲੱਭਣਾ ਹੀ ਨਹੀਂ ਪਤਾ ਕਿਉਂ ਸਾਰੀ ਟੁੜੇ ਨੇ ਲੱਪੀ ਜਾਣਾ ਵੀ ਮੀਨਾ ਕਿੱਥੇ ਗਿਆ ਯਾਰ ਅੱਗੇ ਗਈ ਸੀ ਕਿੱਥੇ ਗਿਆ ਦੋ ਮਹੀਨੇ ਬਾਅਦ ਪਤਾ ਲੱਗਣਾ ਵੀ ਉਹਦੇ 250 ਕਿਲੋ ਔਰਤ ਦੇ ਢਿੱਡ ਦੇ ਥੱਲੇ ਆਇਆ ਓਏ ਚੂਹਾ ਵੀਂਦਾ ਥੱਲੇ ਆਇਆ ਸਾਲਿਆ ਓਏ ਓਏ ਬੰਦਾ ਬੰਦੇ ਦੇ ਉੱਤੇ ਡੇਕ ਪਾਵੇ ਨਾ ਤੇ ਗਿੱਟੇ ਤੋਂ ਫੜ ਕੇ ਬਾਹਰ ਖਿੱਚ ਲਈਦਾ ਤਾਂ ਮੈਨੂੰ ਇਹ ਥੱਲਿਓ ਕੱਢਣ ਵਾਸਤੇ ਨਾ ਓਏ 250 ਕਿਲੋ ਔਰ ਇਹਦੇ ਥੱਲੋ ਕੱਢੇ ਵਾਸਤੇ 250 ਖਰਚ ਚਾਹੀਦਾ ਈ ਓਏ ਖਰਚ ਏ ਲੋਕਾਂ ਦੀਆਂ ਬੁੱਢੀਆਂ ਬਦਿਆਂ ਆਵਾਜ਼ ਮਾਰਦੀਆਂ ਬੰਦੇ ਆ ਕੇ ਕਹਿੰਦੇ ਹਾਂਜੀ ਕੀ ਗੱਲ ਆ ਤੇ ਵਾਹਦ ਮੈਂ ਹੁਣ ਆਪਣੀ ਬੁੱਢੀ ਕੋ ਜਾ ਕੇ ਕਹਾਂ ਕਿ ਨਾ ਕੀ ਹੁਕਮ ਹੈ ਮੇਰੇ ਆਕਾ ਲਖਦੀ ਲਾਲਤ ਕਿਉਂਕਿ ਇੱਕ 250 ਕਿਲੋ ਦੀ ਇਹਦੇ ਨਾਲ ਉਹਦੇ ਜਿੰਨਾ ਹਾਏ ਹਾਏ ਨਹੀਂ ਨਹੀਂ ਉਹ ਜ਼ਾਹਰੀ ਤੌਰ ਤੇ ਨਹੀਂ ਆ ਸਕਦਾ ਇਸ ਵਾਸਤੇ ਮੀਨੇ ਹੁਣ ਮੈਨੂੰ ਦੱਸਣਾ ਮੈਂ ਸਵੇਰ ਉਹਨਾਂ ਨੇ ਜਵਾਬ ਦੇਣਾ ਨਾ 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 ਇਹਦੀ ਲੇਟ ਨਹੀਂ ਦੇਣਾ ਤੂੰ ਮੈਨੂੰ ਹੁਣੇ ਫੜ ਜਵਾਬ ਤੇ ਹੁਣੇ ਦੇ ਦੇ ਹਾਂ ਦੇ ਦੇ ਜਵਾਬ ਅਗਲੇ ਮਹੀਨੇ ਦੀ 12 ਤਰੀਕ ਕਿਸੀ ਰਹੇਗੀ ਕਿਹੜੇ ਮਹੀਨੇ ਦੀ ਅੱਜ ਦਾ ਅਗਲਾ ਚੜਨਾ ਤੂੰ ਮੈਨੂੰ ਨਾ ਨਾ ਪੁੱਛ ਤੂੰ ਐ ਕਰ ਉਸ ਔਰਤ ਦੇ ਅੰਦਰ ਜਿਹੜਾ ਨਹੀਂ ਉਹ ਜਿੰਨੇ ਆਸ ਉਹਨੂੰ ਪੁੱਛ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਕਿਹੜਾ ਮਹੀਨਾ ਸਹੀ ਰਹੇਗਾ ਓਏ ਓਏ ਅਕਲ ਕਰ ਓਏ ਓਏ ਰਾਨੂੰ ਅਕਲ ਕਰ ਓਏ ਅਗਲੇ ਮਹੀਨੇ ਦੀ 12 ਦੀ ਗੱਲ ਕਰਨੀ ਆ ਅੱਜ ਤੋਂ 80 ਸਾਲ ਪੁਰਾਣੇ ਮਹੀਨੇ ਦੇ 12 ਵੀ ਨਹੀਂ ਰੱਖਣੀ ਤੇਰਾ ਰਾਰੇ ਮੈਂ ਸਿਰ ਕਾਟ ਦੇਣਾ ਹੀ ਓਏ ਚਾਰ ਪੰਜ ਇਕੱਠੀਆਂ ਔਰਤਾਂ ਵਾ ਲਈਏ ਨਾ ਤਾਂ ਉਹਨਾਂ ਦਾ ਵੀ 192 ਕਿਲੋ ਵਜ਼ਨ ਬੰਨਾ ਓਏ 250 ਕਿਲੋ ਦੀ ਔਰਤ ਤੇ 44 ਕਿਲੋ ਦਾ ਮੀਨਾ ਓਏ ਉਹ ਕਮੀਨਾ ਨਾ ਤੈਨੂੰ ਸ਼ਰਮ ਨਾ ਆਇਆ ਮਮਾਈ ਦਾ ਆ ਗਿਆ ਮਸੂਮ ਬੱਚੇ ਦੀ ਜਾਨ ਲੈਣ ਦਲ ਫੜਿਆ ਵੋ ਚੱਲ ਜਾਓ